करके हिला अखर अखर रखी गई बुनियाद। विद्या दा एक सुच्चा सपना होया फिर आबाद। दूर दूर तक रोशन कीते जिसने पर्वत पानी। खालसा कॉलेज सोसाइटी अमृतसर दी सुन लो अज कहानी। खालसे दा सिरजिया खूबसूरत ख्वाब, सिख कौम दे विरसे दा सुंदर स्वरूप, सरब सांझी विद्या दा उच्चा चानन मुनारा है खालसा कॉलेज अमृतसर। ते इसनु स्थापित करन वाली खालसा कॉलेज चैरिटेबल सोसाइटी अमृतसर, जो कि पिछले 125 सालां दौरान विद्यार्थियों दे रूप विच ऐसे ही रितराश रही है, जिन्होंने इस अधीन चलन वालियां विद्यक संस्थावां तो चानन लैके दुनिया दे कोने कोने तक फैलाया। ਇਹ ਉਸੇ ਉਸਾਰੂ ਸੋਚ ਦੀ ਬੁਨਿਆਦ ਸੀ ਜਿਸ ਬਾਰੇ 19ਵੀਂ ਸਦੀ ਦੇ ਮਹਾਨ ਚਿੰਤਕਾਂ ਤੇ ਦਾਨਿਸ਼ਵਰਾਂ ਨੇ ਸਦੀ ਦੇ ਅਖੀਰਲੇ ਦਹਾਕਿਆਂ 'ਚ ਸੋਚਿਆ ਸੀ। ਖਾਲਸਾ ਕਾਲਜ ਮੇਰੇ ਬਜ਼ੁਰਗਾਂ ਦੀ, ਮੇਰੇ ਦਾਦਾ ਜੀ ਦੀ ਇੱਕ ਡ੍ਰੀਮ ਸੀਗੀ ਵੀ ਸਰਵਿਸ ਦਾ ਇੱਕ ਹਿੱਸਾ ਜੇ ਆਪਾਂ ਆਪਣੇ ਏਰੀਏ ਦੇ ਬੱਚਿਆਂ ਨੂੰ ਐਜੂਕੇਟ ਕਰ ਲਵੀਏ ਤਾਂ ਉਹ ਹਮੇਸ਼ਾ ਵਾਸਤੇ ਆਪਣੇ ਪਰਿਵਾਰ ਨੂੰ ਉੱਤੇ ਚੱਕ ਸਕਣਗੇ ਅਤੇ ਅੱਗੇ ਵੱਧ ਸਕਣਗੇ, ਫੈਮਿਲੀ ਦੀ ਸੇਵਾ ਵਿੱਚ ਕੰਮ ਆਉਣਗੇ, ਸਟੇਟ ਦੀ ਸੇਵਾ ਵਿੱਚ ਕੰਮ ਆਉਣਗੇ, ਕੰਟਰੀ ਦੀ ਸੇਵਾ ਵਿੱਚ ਕੰਮ ਆਉਣਗੇ ਅਤੇ ਐਜੂਕੇਸ਼ਨ ਨੂੰ ਬਹੁਤ ਵਧਾਵਾ ਦਿੱਤਾ ਜਾਵੇ। ਇਹ ਜਦੋਂ ਮੈਂ ਗੱਲ ਕਰ ਰਿਹਾ 1890s ਦੀ, ਉਦੋਂ ਬਹੁਤ ਘੱਟ ਲੋਕ ਪੜ੍ਹੇ ਹੁੰਦੇ ਸੀਗੇ। ਉਰਦੂ ਲੋਕ ਕੁਛ ਪੜ੍ਹੇ ਹੁੰਦੇ ਸੀਗੇ, ਕੁਛ ਗੁਰਮੁਖੀ ਪੜ੍ਹੇ ਹੁੰਦੇ ਸੀ, ਲੇਕਿਨ ਜੋ ਅੰਗਰੇਜ਼ਾਂ ਦੇ ਲਿਆਈ ਹੋਈ ਐਜੂਕੇਸ਼ਨ ਉਹਦੇ ਵਿੱਚ ਬਹੁਤ ਘੱਟ ਲੋਕ ਸੀਗੇ ਜਿਹੜੇ ਐਜੂਕੇਟਡ ਸੀਗੇ। ਅਤੇ ਉਹਨਾਂ ਨੇ ਦੇਖਿਆ ਵੀ ਜੇ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰ ਲਈਏ, ਉਹਨਾਂ ਨੂੰ ਗਵਰਨਮੈਂਟ ਦੀਆਂ ਨੌਕਰੀਆਂ, ਬਿਜ਼ਨਸ ਵਿੱਚ ਨੌਕਰੀਆਂ, ਆਪਣੇ ਕੰਮ ਕਰਨ ਵਿੱਚ ਸੁਵਿਧਾ, ਅਤੇ ਵਿਲ ਬੀ ਐਨ ਗ੍ਰੇਟ ਐਸੈਟ ਟੂ ਦਾ ਫੈਮਿਲੀ। ਇਸ ਕਰਕੇ ਉਹਨਾਂ ਨੇ ਇਹ ਪ੍ਰੋਗਰਾਮ ਬਣਾਇਆ ਵੀ ਫੈਮਿਲੀ ਦਾ ਇੱਕ ਸੇਵਾ ਦਾ ਮੇਨ ਹਿੱਸਾ ਹੋਣਾ ਚਾਹੀਦਾ ਐਜੂਕੇਸ਼ਨ ਨੂੰ ਅੱਗੇ ਵਧਾਉਣ ਦਾ। ਤਾਂ ਉਹ ਆਪਣੀ ਜਵਾਨੀ ਦੀ ਉਮਰ ਵਿੱਚ ਹੀ ਸਿੰਘ ਸਭਾ ਦੀ ਮੂਵਮੈਂਟ ਵਿੱਚ ਬੜਾ ਜ਼ੋਰ ਲਗਾਇਆ ਕਿ ਅੰਮ੍ਰਿਤਸਰ ਵਿੱਚ ਅੱਛੀ ਐਜੂਕੇਸ਼ਨਲ ਇੰਸਟੀਟਿਊਟ ਬਣ ਜਾਵੇ। 1839 'ਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਰਾਜ ਦਾ ਦਬਦਬਾ ਖਤਮ ਹੋ ਚੁੱਕਿਆ ਸੀ। ਪੂਰੀ ਕੌਮ ਲਈ ਇਹ ਸਮਾਂ ਬੜਾ ਹੀ ਡਾਢਾ ਅਤੇ ਤੰਗੀਆਂ ਤੁਰਸ਼ੀਆਂ ਨਾਲ ਭਰਪੂਰ ਸੀ। ਮਹਾਰਾਜ ਰਣਜੀਤ ਸਿੰਘ ਜੀ ਦਾ ਸਿੱਖ ਰਾਜ ਪੰਜਾਬ 'ਚੋਂ ਖਤਮ ਹੋ ਗਿਆ ਆਹਿਸਤਾ ਆਹਿਸਤਾ। 1839 'ਚ ਮਹਾਰਾਜ ਸਾਹਿਬ ਦਾ ਦੇਹਾਂਤ ਹੋ ਗਿਆ, ਉਸ ਤੋਂ ਬਾਅਦ ਉਹਨਾਂ ਦਾ ਸਾਰੀ ਫੈਮਿਲੀ ਦਾ ਟੇਕ ਓਵਰ ਕਰ ਲਿਆ 10 ਸਾਲ ਬਾਅਦ 1850 ਬ੍ਰਿਟਿਸ਼ ਗੌਰਮੈਂਟ ਨੇ। ਔਰ ਬ੍ਰਿਟਿਸ਼ਰਸ ਨੇ ਪੰਜਾਬ ਦੇ ਵਿੱਚ ਕਾਫੀ ਤਸ਼ੱਦਦ ਕਰਕੇ ਉਸ ਵੇਲੇ ਦੇ ਕਾਫੀ ਸਰਦਾਰਾਂ ਨੂੰ ਵੀ ਆਪਣੇ ਪਿੱਠੂ ਬਣਾਇਆ। ਔਰ ਕੌਮ ਜਿਹੜੀ ਹੈ ਬੜੀ ਹਤਾਸ਼ ਹੋ ਚੁੱਕੀ ਸੀ ਉਸ ਵੇਲੇ, ਕਿਉਂਕਿ ਸਿੱਖ ਰਾਜ ਚਲਾ ਗਿਆ। ਔਰ ਸਿੱਖ ਰਾਜ ਜਾਣ ਤੋਂ ਬਾਅਦ ਕੌਮ ਬਹੁਤ ਹਤਾਸ਼ ਹੋ ਕੇ ਇੱਧਰ ਉੱਧਰ ਤੁਰੀ ਫਿਰਦੀ ਸੀ, ਔਰ ਕੌਮ ਨੂੰ ਕੋਈ ਵੀ ਲਿਟਰੇਸੀ ਵਿਦਵਾਨ ਪੜ੍ਹਿਆ ਲਿਖਿਆ ਨਹੀਂ ਸੀ ਹੈਗਾ। ਖਾਲਸਾ ਕੌਮ ਹਰੇਕ ਪੱਖ ਤੋਂ ਪਛੜਦੀ ਜਾ ਰਹੀ ਸੀ, ਅਤੇ ਸਭ ਤੋਂ ਜ਼ਿਆਦਾ ਫਿਕਰ ਦਾ ਸਬਬ ਇਸ ਗੱਲ ਦਾ ਸੀ ਕਿ ਵਿੱਦਿਆ ਦੇ ਖੇਤਰ ਵਿੱਚ ਵੀ ਕੌਮ ਦੀ ਬੁਨਿਆਦ ਕਮਜ਼ੋਰ ਪੈ ਚੁੱਕੀ ਸੀ। ਅੰਗਰੇਜ਼ਾਂ ਦੀ ਕੂਟਨੀਤੀ ਅਤੇ ਪੱਖਪਾਤੀ ਸੋਚ ਕਾਰਨ ਬਾਕੀ ਕੌਮਾਂ ਤਾਂ ਵਿੱਦਿਆ ਦੇ ਖੇਤਰ 'ਚ ਅੱਗੇ ਵੱਧ ਰਹੀਆਂ ਸਨ, ਪਰ ਸਿੱਖ ਕੌਮ ਨਾਲ ਸੌਤੇਲਾ ਰਵੱਈਆ ਅਪਣਾਇਆ ਗਿਆ। ਹਾਲਾਤ ਇੱਥੋਂ ਤੱਕ ਬਦਤਰ ਹੋ ਗਏ ਸਨ ਕਿ ਸਿੱਖਾਂ ਦੇ ਬੱਚਿਆਂ ਨੂੰ ਵਿੱਦਿਅਕ ਸੰਸਥਾਵਾਂ 'ਚ ਦਾਖਲਾ ਮਿਲਣਾ ਵੀ ਮੁਸ਼ਕਿਲ ਹੋ ਗਿਆ ਸੀ। ਇਸ ਹਨੇਰਗਰਦੀ ਅਤੇ ਮੁਸੀਬਤਾਂ ਦੇ ਦੌਰ ਵਿੱਚ ਸਿੰਘ ਸਭਾ ਲਹਿਰ ਦੀਆਂ ਮਹਾਨ ਹਸਤੀਆਂ ਨੇ ਕੌਮ ਦੀ ਚੜ੍ਹਦੀ ਕਲਾ ਕਾਇਮ ਰੱਖਣ ਲਈ ਖਾਲਸਾ ਕਾਲਜ ਇੰਤਜ਼ਾਮੀਆ ਸੋਸਾਇਟੀ ਬਣਾਈ ਅਤੇ ਖਾਲਸਾ ਕਾਲਜ ਬਣਾਉਣ ਦਾ ਸੁਪਨਾ ਸਿਰਜਿਆ। ਉਸ ਵੇਲੇ ਦੀ ਸਿੰਘ ਸਭਾ ਲਹਿਰ ਚੱਲੀ ਲਾਹੌਰ ਦੇ ਵਿੱਚ, ਔਰ ਸਿੰਘ ਸਭਾ ਲਹਿਰ ਦੇ ਵਿੱਚ ਸਿਰਫ 10 ਔਰ ਉਸ ਵੇਲੇ ਦੀ FA 12 ਜਮਾਤਾਂ ਪੜ੍ਹੇ ਕੁਛ ਲੋਕ ਸਿੰਘ ਸਰਦਾਰ ਜੁਟੇ, ਔਰ ਉਹਨਾਂ ਜੁਟ ਕੇ ਇਹ ਗੱਲ ਸੋਚੀ ਕਿ ਜੇ ਕੌਮ ਨੂੰ ਸੇਧ ਨਾ ਦਿੱਤੀ, ਕੌਮ ਨੂੰ ਪੜ੍ਹਾਇਆ ਨਾ, ਜੇ ਕੌਮ ਪੜ੍ਹੀ ਨਾ ਤਾਂ ਕੌਮ ਤਰੱਕੀ ਨਹੀਂ ਕਰ ਪਾਏਗੀ। ਉਸ ਵੇਲੇ ਸੋਚਿਆ ਕਿ ਸਿੱਖ ਕੌਮ ਵਾਸਤੇ ਖਾਲਸਾ ਕਾਲਜ ਵਰਗਾ ਇੱਕ ਇੰਸਟੀਟਿਊਸ਼ਨ ਬਣਾ ਕੇ
एक सेध दी जाए ताकि साढ़े बच्चे आने वाली पीढ़ियाँ पढ़न और कौम को सेध मिले। उस वेले फैसला किया गया कि अमृतसर और लाहौर की जी जीटी रोड है ग्रैंड ट्रंक रोड के उपर खालसा कॉलेज स्थापित किया जाए। समय की लोड़ नू समझते हुए खालसा पंथ दियां बहुमुलियां रवायतां ते कदरां कीमतां नू बचाई रखण लई वड्डे उपराले कीते गए। इस दे तहत 22 फरवरी 1890 ईस्वी नू सिख विद्यक लहर नू मजबूत करन लई सर अतर सिंह जी दी सरपरस्ती हेठ पास कीते मते राही कमेटी बना के शुभ कारज दा मुढ बनिया। इस कमेटी दे प्रेजिडेंट WRM हॉलरॉयड, वाइस प्रेजिडेंट सर अतर सिंह अते सरदार धर्म सिंह ते मिस्टर VN बेल सकत्तर सन। 3 मार्च 1892 नू कोट सैद मुहम्मद जिसनों की आजकल कोट खालसा कहा जाता है इथों दी 101 एकड़ जमीन खरीद के 5 मार्च नू खालसा कॉलेज का नींव पत्थर रखा गया। और उस वेले साडे पुरखियां ने इस महान संस्था का स्थापना के बारे सोचा और हौली हौली 700 एकड़ जमीन खरीदी और खरीद के उन्होंने आहिस्ता आहिस्ता इहदे उपर एक महान कॉलेज की स्थापना की। इस नी पत्थर वाले मुबारक स्थान ते कॉलेज का गुरुद्वारा साहिब सुशोभित है जिसकी उसारी 18 मई 1896 नू प्रारंभ हुई अते सितंबर 1896 विच गुरुद्वारा साहिब की बिल्डिंग तैयार हुई। गुरुद्वारा साहिब धर्म विद्या का मंदिर ते आत्मिक जग्यासुआं लई ज्ञान उपदेश का चानन मुनारा है। 14 अप्रैल 1892 नू खालसा कॉलेज सोसाइटी के नां नाल रजिस्टर हुई 100 मैंबरी काउंसिल अते 30 मैंबरी एग्जैकटिव कमेटी मैंबर ने दीर्घ सोच विचार तो बाद मिडल स्कूल की स्थापना का फैसला किया। खालसा कॉलेज गवर्निंग काउंसिल की सब तो पहली विद्यक संस्था खालसा कॉलेज मिडल स्कूल सी जिसकी स्थापना 22 अक्तूबर 1893 ईस्वी नू हुई अते 23 अक्तूबर 1893 तो इत्थे पढ़ाई की शुरुआत हुई। इत्थे दाखल होण वाले पहले 3 विद्यार्थी करतार सिंह, मेहरचंद ते अब्दुल्ला तिन्ने वक्-वक् सिख, हिंदू, मुस्लिम धर्म नाल संबंधित सन। खालसा संस्थावां अपने स्थापना काल तो लैके धर्म निरपक्षता ते सर्बसांझीवालता दियां गवाह हन। इतिहासक दृष्टि तो खालसा कॉलेज दा नींह पत्थर 5 मार्च 1892 नूं रख्या गया पर इत्थे 18 मई 1897 तो फस्ट ईयर दी क्लास दी शुरुआत हुई। ये पहला आर्ट्स डिग्री कॉलेज सी अते समय समय वड्डी पद्धर ते होर विभाग स्थापित होए। मौजूदा बिल्डिंग 17 नवंबर 1904 नूं शुरू होके सन 1921 विच तैयार हुई। इत्थे वक्-वक् कोर्सां च विद्यार्थियों की गिणती 7500 दे करीब अते 700 दे करीब टीचिंग ते नॉन टीचिंग स्टाफ मैंबर्स हैं। खालसा कॉलेज सिख भवन निर्माण कला का एक अद्भुत नज़ारा पेश करता है। इस दी बिल्डिंग च किला, महल ते गुरुद्वारा साहिब की झलक पैंदी है। सिख समाज दियां शुभकामनावां, बंदगी वालियां रूहां दी भगती ते सुहिरद प्रबंधकां दियां कालनामां दा सुमेल है खालसा कॉलेज। ये निपुण आर्किटेक्ट भाई राम सिंह जी दे तैयार कीते नक्शे दा भी कमाल है जिस दी निगरानी बतौर इंजीनियर सरदार धर्म सिंह गरजाखिया जी ने कीती। और उस कॉलेज ने वादे वादे ये तो होर के इंस्टीट्यूशन खड़े हुए लखा लोग पढ़ के इतों अज पूरी देश में और पूरी दुनिया में सेवा कर रहे हैं। अज ये हालत है कि जेडे बच्चे हुण पढ़ रहे हैं उन्होंने दादा जी दादियाँ नाना जी ग्रैंड ग्रेट ग्रैंड फादर तक पढ़े और उन्होंने अज भी दुनिया के पूरी सेवा करके अपना नाम खटिया। दुनिया भर च ये कॉलेज अपनी किस्म की इको एक मिसाल है। कॉलेज विखे सन 1930 सिख इतिहास खोज विभाग स्थापित होया। इत्थे वक्-वक् भाषावां च 601 हत्थ लिखत खरड़े, अनेक दुर्लभ पुस्तकां, 415 फोटोज ते पेंटिंग्स, पुरातन इतिहासक शस्त्र ते दुर्लभ सिक्के सांभे होए हन। खालसा कॉलेज सोसाइटी दे प्रबंधकां ने समूह विद्यार्थियों, स्टाफ ते इलाके की सहूलत मुख रख के सन 1904 विच डिस्पेंसरी स्थापित कीती। पुरातन बिल्डिंग खस्ता होण करके ये नवी बिल्डिंग 2015 च दोबारा तैयार की गई है। इस दे नाल ही सन 1998 विच फिजियोथेरेपी विभाग स्थापित होया।
ਇੱਥੇ ਬੈਚਲਰ ਆਫ ਫਿਜ਼ੀਓਥੈਰੇਪੀ 4.5 ਸਾਲ ਦਾ ਡਿਗਰੀ ਕੋਰਸ ਕਰਵਾਇਆ ਜਾਂਦਾ ਹੈ। ਕਾਲਜ ਦਾ ਐਗਰੀਕਲਚਰ ਵਿਭਾਗ ਸਨ 1931 ਨੂੰ ਸਥਾਪਿਤ ਹੋਇਆ। ਇਸ ਦੇ ਅੱਗੇ 4 ਵਿਭਾਗ ਹਨ। ਇੱਥੇ ਬੈਚਲਰ ਅਤੇ ਮਾਸਟਰ ਕਾਡਰ ਦੇ 700 ਦੇ ਕਰੀਬ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ ਅਤੇ 40 ਦੇ ਕਰੀਬ ਸਟਾਫ ਮੈਂਬਰ ਹਨ। ਸੰਨ 2014 'ਚ ਮੌਜੂਦਾ ਪ੍ਰਬੰਧਕਾਂ ਨੇ ਇਸ ਦੀ ਨਵੀਂ ਬਿਲਡਿੰਗ ਤਿਆਰ ਕਰਵਾਈ ਹੈ। ਖਾਲਸਾ ਕਾਲਜ ਗਰਲਜ਼ ਸਕੂਲ ਸੰਨ 1930 ਵਿੱਚ ਸ਼ੁਰੂ ਹੋਇਆ ਸੀ। ਸਮੇਂ ਨਾਲ ਪ੍ਰਾਇਮਰੀ ਤੋਂ ਮਿਡਲ, ਫਿਰ ਹਾਈ ਅਤੇ 2004 'ਚ ਸੀਨੀਅਰ ਸੈਕੰਡਰੀ ਦਾ ਦਰਜਾ ਪ੍ਰਾਪਤ ਹੋਇਆ। ਇੱਥੇ 800 ਦੇ ਕਰੀਬ ਵਿਦਿਆਰਥੀ ਹਨ ਅਤੇ 40 ਸਟਾਫ ਮੈਂਬਰਸ। ਅਧਿਆਪਕ ਕਿੱਤੇ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਖਾਲਸਾ ਕਾਲਜ ਆਫ ਐਜੂਕੇਸ਼ਨ ਸੰਨ 1954 ਨੂੰ ਸਥਾਪਿਤ ਹੋਇਆ। ਪਹਿਲਾਂ ਇਹ BT ਵਿਭਾਗ ਸੀ ਅਤੇ ਫਿਰ ਜਦ ਸੰਨ 1964 ਵਿੱਚ BT ਦੀ ਡਿਗਰੀ BEd 'ਚ ਤਬਦੀਲ ਹੋਈ ਤਾਂ ਇਹ ਕਾਲਜ ਆਫ ਐਜੂਕੇਸ਼ਨ ਬਣਿਆ। ਖਾਲਸਾ ਕਾਲਜ ਫਾਰ ਵੁਮੈਨ 15 ਜੁਲਾਈ 1968 ਨੂੰ ਸਥਾਪਿਤ ਹੋਇਆ। ਇਸ ਦੇ ਪਹਿਲੇ ਸੈਸ਼ਨ ਵਿੱਚ 82 ਵਿਦਿਆਰਥੀ ਸਨ ਅਤੇ ਅੱਜ 5 ਦਹਾਕੇ ਬੀਤਣ ਉਪਰੰਤ ਵਿਦਿਆਰਥੀਆਂ ਦੀ ਗਿਣਤੀ 3000 ਦੇ ਕਰੀਬ ਹੈ। ਇੱਥੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਅਨੇਕਾਂ ਕੋਰਸ ਹਨ। ਖਾਲਸਾ ਕਾਲਜ ਪਬਲਿਕ ਸਕੂਲ ਦੀ ਇਮਾਰਤ ਸੰਨ 1984 'ਚ ਬਣ ਕੇ ਤਿਆਰ ਹੋਈ। ਇੱਥੇ ਹਰ ਪ੍ਰਕਾਰ ਦੀਆਂ ਆਧੁਨਿਕ ਸਹੂਲਤਾਂ ਹਨ। ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਸਥਾਪਨਾ 2001 'ਚ ਹੋਈ। ਸਾਲ 2013-2014 'ਚ ਇਸ ਨੂੰ ਸੀਨੀਅਰ ਸੈਕੰਡਰੀ ਸਕੂਲ ਵਜੋਂ ਮਾਨਤਾ ਪ੍ਰਾਪਤ ਹੋਈ। 3.5 ਏਕੜ 'ਚ ਇਸ ਦੀ 3 ਮੰਜ਼ਿਲੀ ਇਮਾਰਤ 'ਚ 30 ਕਲਾਸਰੂਮਸ ਅਤੇ 3 ਲੈਬਸ ਹਨ। ਇਹ ਗੱਲ ਵਰਣਨਯੋਗ ਹੈ ਕਿ ਸੰਨ 2004 ਤੱਕ ਖਾਲਸਾ ਕਾਲਜ ਗਵਰਨਿੰਗ ਕਾਉਂਸਲ ਦੇ ਪ੍ਰਬੰਧ ਅਧੀਨ 3 ਕਾਲਜ, 2 ਏਡਿਡ ਸਕੂਲ ਅਤੇ 2 ਪਬਲਿਕ ਸਕੂਲ ਸਨ। ਜਦ 29 ਮਈ 2004 ਤੋਂ ਸਰਦਾਰ ਸਤਿਆਜੀਤ ਸਿੰਘ ਜੀ ਮਜੀਠੀਆ ਬਤੌਰ ਪ੍ਰਧਾਨ ਅਤੇ ਸਰਦਾਰ ਰਜਿੰਦਰ ਮੋਹਨ ਸਿੰਘ ਛੀਨਾ ਜੀ ਨੇ ਬਤੌਰ ਸਕੱਤਰ ਸੇਵਾ ਸੰਭਾਲੀ ਤਾਂ ਉਸ ਤੋਂ ਬਾਅਦ 1 ਸਕੂਲ ਅਤੇ 10 ਨਵੇਂ ਪ੍ਰੋਫੈਸ਼ਨਲ ਕਾਲਜ ਹੋਣ 'ਚ ਆਏ। ਅਤੇ ਅਸੀਂ ਦੇਖ ਸਟੱਡੀ ਕੀਤਾ ਵੀ ਕਿਸ ਕਿਸ ਪ੍ਰੋਫੈਸ਼ਨ ਵਿੱਚ ਵੈਕਿਊਮ ਹੈਗਾ ਅਤੇ ਅਸੀਂ ਉਹ ਕੋਰਸਿਸ ਇੱਥੇ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ। ਐਜ਼ ਅ ਰਿਜ਼ਲਟ ਵਿੱਚ ਸਿੰਸ 2004 ਤੋਂ ਲੈ ਕੇ ਹੁਣ 2017 ਇਹ 13 ਸਾਲ ਵਿੱਚ ਵੀ ਹੈਵ ਬੀਨ ਏਬਲ ਟੂ ਐਡ ਫਰੋਮ 7 ਇੰਸਟੀਟਿਊਸ਼ਨਸ ਟੇਕ ਇਟ ਅਪ ਟੂ 19 ਇੰਸਟੀਟਿਊਸ਼ਨ। ਇਹਨਾਂ 13 ਸਾਲਾਂ ਵਿੱਚ 11 ਨਵੀਆਂ ਵਿੱਦਿਅਕ ਸੰਸਥਾਵਾਂ ਦੀ ਸਥਾਪਤੀ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੀ ਵੱਡੀ ਪ੍ਰਾਪਤੀ ਹੈ। ਇਹ ਵਿਚਾਰ ਵੀ ਧਿਆਨ ਮੰਗਦਾ ਹੈ ਕਿ 2003-2004 ਦੇ ਵਿੱਤੀ ਸਾਲ 'ਚ ਸਾਲਾਨਾ ਬਜਟ 12 ਕਰੋੜ 42 ਲੱਖ ਸੀ, ਜੋ 2017-18 'ਚ 154 ਕਰੋੜ ਹੋ ਗਿਆ। ਇਹਨਾਂ ਸਾਲਾਂ ਨੂੰ ਕੌਂਸਲ ਦੇ ਇਤਿਹਾਸ 'ਚ ਸੁਨਹਿਰੀ ਕਾਲ ਕਹਿਣਾ ਕੋਈ ਅਤਕਥਨੀ ਨਹੀਂ ਹੈ। ਔਰ 2004 ਤੱਕ ਤਾਂ ਇਹਦੇ ਸਿਰਫ 3 ਕਾਲਜ ਔਰ 3 ਸਕੂਲ ਹੀ ਸਨ, ਲੇਕਿਨ ਉਸ ਤੋਂ ਬਾਅਦ ਜਦੋਂ ਤੋਂ ਟੇਕ ਓਵਰ ਕੀਤਾ ਸਰ ਸਤਿਆਜੀਤ ਸਿੰਘ ਮਜੀਠੀਆ ਨੇ ਐਜ਼ ਪ੍ਰੈਜੀਡੈਂਟ, ਔਰ ਦਾਸ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸੇਵਾ ਮਿਲੀ ਔਨਰੇਰੀ ਸਕੱਤਰ ਦੇ ਤੌਰ 'ਤੇ। ਮੈਂ ਸਮਝਦਾ ਕਿ ਬੜੀ ਇਮਾਨਦਾਰੀ ਨਾਲ ਸਾਡੀ ਸਾਰੀ ਟੀਮ ਨੇ ਸੇਵਾ ਨਿਭਾਈ ਹੈ। ਸੰਨ 2004 ਤੋਂ ਬਾਅਦ ਜੋ ਨਵੇਂ ਵਿੱਦਿਅਕ ਅਦਾਰੇ ਸਥਾਪਿਤ ਹੋਏ ਹਨ, ਇਹਨਾਂ 'ਚ ਖਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵੀਨਿਊ ਹੈ। ਖਾਲਸਾ ਕਾਲਜ ਆਫ ਐਜੂਕੇਸ਼ਨ ਅਗਸਤ 2005 ਨੂੰ ਸਥਾਪਿਤ ਹੋਇਆ। ਇਸ ਦੀ ਐਫੀਲੀਏਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹੈ। 3 ਏਕੜ 'ਚ ਸਥਾਪਿਤ ਇਸ ਕਾਲਜ ਵਿੱਚ 18 ਕਲਾਸਰੂਮਸ, ਸ਼ਾਨਦਾਰ ਲਾਇਬ੍ਰੇਰੀ, 6 ਲੈਬਸ ਹਨ। ਖਾਲਸਾ ਕਾਲਜ ਆਫ ਨਰਸਿੰਗ ਸਾਲ 2006 'ਚ ਸਥਾਪਿਤ ਹੋਇਆ। BSc ਨਰਸਿੰਗ 4 ਸਾਲਾਂ, GNM 3.5 ਸਾਲਾਂ, ANM ਕੋਰਸ ਤੋਂ ਇਲਾਵਾ MSc ਨਰਸਿੰਗ ਤੱਕ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਹੈ। ਪੇਂਡੂ ਖੇਤਰ 'ਚ ਮਿਆਰੀ ਵਿੱਦਿਆ ਪ੍ਰਦਾਨ ਕਰਨ ਲਈ ਸੰਨ 2008 'ਚ ਖਾਲਸਾ ਕਾਲਜ ਪਬਲਿਕ ਸਕੂਲ ਪਿੰਡ ਹੇਰ 'ਚ ਸਥਾਪਿਤ ਕੀਤਾ। ਪਿੰਡ ਦੇ ਪਤਵੰਤੀਆਂ ਨੇ 9.5 ਏਕੜ ਜ਼ਮੀਨ ਕੌਂਸਲ ਨੂੰ ਦਾਨ ਕੀਤੀ। ਇਸ ਸੰਸਥਾ ਨੂੰ CBSE ਵੱਲੋਂ 10ਵੀਂ ਤੱਕ ਐਫੀਲੀਏਸ਼ਨ ਪ੍ਰਾਪਤ ਹੈ। ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਰਣਜੀਤ ਐਵੀਨਿਊ ਅਦਾਰਾ 2009 'ਚ ਸਥਾਪਿਤ ਹੋਇਆ। ਇਹ ਕਾਲਜ PTU ਨਾਲ ਐਫੀਲੇਟਿਡ ਹੈ। ਇਸ ਦੀ
10 एकड़ विच शानदार बिल्डिंग है। खालसा कॉलेज ऑफ टेक्नोलॉजी एंड बिजनेस स्टडीज मोहाली मौजूदा प्रबंधकों ने अपने विद्यक अदारियां दा पसार करदियां सन 2009 च सैक्टर 53 मोहाली विखे इस कॉलेज की स्थापना की। यह कॉलेज 2.25 एकड़ स्थापित है ते इसकी एफिलिएशन पंजाबी यूनिवर्सिटी पटियाला तो है। इत्थे 800 दे करीब विद्यार्थी हैं अते 50 दे करीब स्टाफ मैंबर्स। खालसा कॉलेज ऑफ फार्मेसी की स्थापना भी साल 2009 च होई। इत्थे डी फार्मेसी, बी फार्मेसी ते एम फार्मेसी तो अलावा PhD ते रिसर्च करन दी सहूलत मुहैया करवाई गई है। मेडिकल लैब टेक्नोलॉजी का डिग्री ते डिप्लोमा कोर्स भी है। इस दे नाल खालसा डायग्नोस्टिक लैब की स्थापना भी की गई। इत्थे अति आधुनिक कंप्यूटराइज्ड मशीनां हन। खालसा कॉलेज ऑफ फिजिकल एजुकेशन, इस कॉलेज की स्थापना साल 2009 च हुई। यह पिंड हेर जिला अमृतसर च स्थापित है। इसकी मानता गुरु नानक देव यूनिवर्सिटी तो है। इत्थे BPED अते BPE दे कोर्स सफलतापूर्वक चल रहे हैं। खालसा कॉलेज ऑफ वेटनरी एंड एनिमल साइंसेस, ये कॉलेज साल 2010 में स्थापित हुए। 125 एकड़ जमीन च ये कॉलेज राम तीर्थ रोड से स्थित है। इसकी एफिलिएशन गुरु अंगद देव वेटनरी एंड एनिमल साइंसेस यूनिवर्सिटी लुधियाना नाल है। ते 90 दे करीब फैकल्टी मैंबर्स। तो असी अपने वालों देखिया भी दुनिया विच वेटनरी डॉक्टर्स की बड़ी शॉर्टेज चल रही है। फिर असी वेटनरी कॉलेज, वेटनरी हॉस्पिटल इत्थे खोलना कीता, विच हैज़ अचीव्ड अ वेरी हाई स्टैंडर्ड्स, वन ऑफ द बेस्ट वेटनरी हॉस्पिटल्स इन द कंट्री नाउ। खालसा कॉलेज चविंडा देवी, सन 2011 च पिंड चविंडा देवी जिला अमृतसर विखे इस कॉलेज की स्थापना हुई। पिंड की ग्राम पंचायत वालों तकरीबन 10 एकड़ जमीन सोसायटी कॉलेज बनाने दान की गई। एक कॉलेज गुरु नानक यूनिवर्सिटी वालों एफिलेटिड है। संसार विच कानूनी विद्या एक बहुउद्देशी विद्या है। इस विचार नू मद्देनजर रखद्या सन 2012 च खालसा कॉलेज ऑफ लॉ की स्थापना की गई। यह राम तीर्थ रोड से 10 एकड़ च स्थित है। इसकी एफिलेशन गुरु नानक देव यूनिवर्सिटी नाल है। इत्थे 3 साला ते 5 साला LLB कोर्स हैं। मैनू खुशी है कि अज इत्थे सारे प्रोफेशनल कॉलेज जिहड़े ने साडे कोल ने, चाहे वह फार्मेसी कॉलेज है, एको एक पंजाब दा और देश दा, साडे कोल वेटनरी कॉलेज है, लॉ कॉलेज है, फार्मेसी कॉलेज है, फिजिकल एजुकेशन कॉलेज है, कोई ऐसा प्रोफेशनल कॉलेज, नर्सिंग कॉलेज है, इंजीनियरिंग कॉलेज है जिहड़ा साडे कोल नहीं है। और मैं समझदा कि एग्रीकल्चर का कॉलेज बहुत पुराना कॉलेज पंजाब का, इस कॉलेज तो बाद PAU पंजाब च बनी, इस कॉलेज तो बाद होर कई एग्रीकल्चर दी यूनिवर्सिटियां बनियां, लेकिन ये सब तो पुरानी जिहड़ी है इत्थे डिपार्टमेंट साडे खालसा कॉलेज विच रहा है। 10 मई 2013 नूं इस नूं खुद मुख्तियार कॉलेज का रुतबा मिलिया, गुरु तेग बहादुर कॉलेज ऑफ वुमेन अमृतसर। इस कॉलेज का प्रबंध साल 2016 च खालसा कॉलेज चैरिटेबल सोसाइटी के अधीन होया, जो सचखंड श्री हरिमंदर साहब के घंटाघर चौक वाल स्थित सन 1990 स्थापित श्री गुरु तेग बहादुर कॉलेज फॉर वूमेन विद्या के खेतर नवे मील पत्थर स्थापित कर चुका है। सोसाइटी ने 100 साल पुराने वडेरिया के सुपने नू साकार करद्या खालसा यूनिवर्सिटी की स्थापना साल 2016 च की, जो कि सोसाइटी के इतिहास का सब तो महत्वपूर्ण ते सुनहरा मील पत्थर साबित होया। इसे साल PhD, MPhil, पोस्ट ग्रैजुएट अते ग्रैजुएट क्लासां लई यूनिवर्सिटी च दाखलियां दी शुरुआत हुई। पर अफसोस, समय दी मौजूदा सरकार ने सौड़ी राजनीति प्रतख करदियां इस नव स्थापित यूनिवर्सिटी, जो कि विद्या दे खेतर च बहुत ही महत्वपूर्ण कदम सी, नू खत्म कर दिता। पर सोसाइटी पूर्ण तौर पर खालसा यूनिवर्सिटी की होंद को बचाने लई जदोजहद कर रही है अते कानूनी लड़ाई लड़न लई कमर कसा कर चुकी है। अनफॉर्चुनेटली साड़ी 19th इंस्टीट्यूशन जो खालसा यूनिवर्सिटी सीगी उहदे विच अड़चन आ गई है, तो गवर्नमेंट ने पोलिटिकल रीजनस करके उहदा लाइसेंस रिपील कर दिता है, फॉर विच वी हैव गॉन टू कोर्ट एंड आई एम वेरी कॉन्फिडेंट
ਵੀ ਰੱਬ ਦੀ ਬਖਸ਼ਿਸ਼ ਨਾਲ ਸਾਨੂੰ ਉੱਥੇ ਸਫਲਤਾ ਮਿਲੇਗੀ। ਇਹ ਡ੍ਰੀਮ ਸੀਗੀ ਉਦੋਂ ਤੋਂ, ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਸਾਡੇ ਜਿਹੜੇ ਪੁਰਾਣੇ ਬੱਚੇ ਇੱਥੋਂ ਪੜ੍ਹੇ ਹੋਏ ਨੇ ਉਹ ਕਹਿੰਦੇ ਸੀ, ਲਿਖ ਕੇ ਲਗਾਇਆ ਹੋ ਜਾਂਦਾ ਸੀਗਾ ਅਸੈਂਬਲੀ ਹਾਲ ਵਿੱਚ, ਵੀ ਆਰ ਏਮ ਇਜ਼ ਟੂ ਬਿਕਮ ਅ ਯੂਨੀਵਰਸਿਟੀ। ਜਿਹਦਾ ਸੁਪਨਾ ਪੁਰਖਿਆਂ ਨੇ ਉਸ ਵੇਲੇ ਲਿਆ ਸੀ, ਉਸ ਯੂਨੀਵਰਸਿਟੀ ਨੂੰ ਜਿਹੜੀ ਖਾਲਸਾ ਨਾਂ ਦੇ ਉੱਤੇ ਬਣੀ ਯੂਨੀਵਰਸਿਟੀ ਨੂੰ ਆ, ਉੱਥੋਂ ਦੀ ਮੌਜੂਦਾ ਸਰਕਾਰ ਨੇ ਉਸ ਯੂਨੀਵਰਸਿਟੀ ਨੂੰ ਅਜੇ ਐਕਟ ਦਾ ਰਿਪੀਲ ਕਰਤਾ ਹੈ। ਅਸੀਂ ਕੋਰਟ ਵਿੱਚ ਗਏ ਹਾਂ, ਗੁਰੂ ਸਾਹਿਬ ਕਿਰਪਾ ਕਰਨ ਕਿ ਇਹ ਯੂਨੀਵਰਸਿਟੀ ਸਾਡੀ ਚੱਲਦੀ ਰਹੇ ਤਾਂ ਕਿ ਇਸ ਕਾਲਜ ਦਾ ਨਾਂ ਯੂਨੀਵਰਸਿਟੀ ਤੱਕ ਨਾਂ ਬਣਿਆ ਰਹੇ ਔਰ ਖਾਲਸਾ ਯੂਨੀਵਰਸਿਟੀ ਚੱਲ ਕੇ ਬਹੁਤ ਵੱਡੀ ਸਿਹਤ ਵਿੱਦਿਆ ਦੇ ਪ੍ਰਸਾਰ ਵਿੱਚ ਦੇਵੇਗੀ। ਜੇਕਰ ਪ੍ਰਬੰਧਕੀ ਨਜ਼ਰੀਏ ਤੋਂ ਕੌਂਸਲ ਦੇ ਇਤਿਹਾਸ 'ਤੇ ਨਜ਼ਰ ਮਾਰੀਏ, ਪਹਿਲੇ ਸਿੱਖ ਪ੍ਰਧਾਨ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ, ਜਿਨ੍ਹਾਂ ਨੇ 5 ਦਸੰਬਰ 1920 ਤੋਂ 1 ਅਪ੍ਰੈਲ 1941 ਤੱਕ ਸੇਵਾ ਨਿਭਾਈ। ਇਹਨਾਂ ਤੋਂ ਉਪਰੰਤ ਇਹਨਾਂ ਦੇ ਵੱਡੇ ਸਪੁੱਤਰ ਸਰਦਾਰ ਕਿਰਪਾਲ ਸਿੰਘ ਮਜੀਠੀਆ, ਸਰਦਾਰ ਸੁੰਦਰ ਸਿੰਘ ਮਜੀਠੀਆ ਦੇ ਸਭ ਤੋਂ ਛੋਟੇ ਸਪੁੱਤਰ ਸਰਦਾਰ ਸੁਰਜੀਤ ਸਿੰਘ ਜੀ ਮਜੀਠੀਆ ਨੇ ਇਹ ਸੇਵਾ ਸੰਭਾਲੀ। ਆਪ ਜੀ ਨੇ 40 ਸਾਲ ਦੇ ਕਰੀਬ ਕੌਂਸਲ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ। ਉਹ ਆਪ ਐਚਸਨ ਕਾਲਜ, ਜਿਹਨੂੰ ਚੀਫ ਕਾਲਜ ਲਾਹੌਰ ਕਹਿੰਦੇ, ਉੱਥੋਂ ਦੇ ਪੜ੍ਹੇ ਹੋਏ ਸੀਗੇ ਅਤੇ ਉਹਨਾਂ ਨੇ ਉਸ ਲਾਈਨ 'ਤੇ ਉਸ ਐਜੂਕੇਸ਼ਨ ਨੂੰ ਦੇਖਦੇ ਹੋਏ ਕਿਹਾ ਵੀ ਇੱਥੋਂ ਦੇ ਏਰੀਏ ਵਿੱਚ ਵੀ ਆਪਾਂ ਉਸ ਲੈਵਲ ਦੀ ਇੰਸਟੀਟਿਊਸ਼ਨ ਖੜੀ ਕਰੀਏ ਜਿਹਦੇ ਨਾਲ ਕਿ ਇੱਥੋਂ ਦੇ ਬੱਚੇ ਪੜ੍ਹ ਕੇ ਬਹੁਤ ਤਰੱਕੀ ਕਰ ਲੈਣ। ਅਤੇ ਸਿੰਘ ਸਭਾ ਮੂਵਮੈਂਟ ਇਹ ਚੀਜ਼ ਸ਼ੁਰੂ ਹੋਈ, ਅਲਟੀਮੇਟਲੀ ਜਾ ਕੇ ਖਾਲਸਾ ਕਾਲਜ ਹੋਂਦ ਵਿੱਚ ਆਈ। ਉਹਨਾਂ ਨੇ ਬਹੁਤ ਸਾਲ ਸੇਵਾ ਐਜ਼ ਆਨਰੀ ਸੈਕਟਰੀ ਨਿਭਾਈ, ਫਿਰ ਆਪਣੀ ਰਹਿੰਦੀ ਉਮਰ ਵਿੱਚ ਐਜ਼ ਪ੍ਰੈਜ਼ੀਡੈਂਟ ਸੇਵਾ ਕਰਦੇ ਰਹੇ। ਉਹਦੇ ਬਾਅਦ ਸਾਡੇ ਤਾਇਆ ਜੀ ਇਸ ਇੰਸਟੀਟਿਊਸ਼ਨ ਦੀ ਸੇਵਾ ਕਰਦੇ। ਸਾਡੇ ਦਾਦਾ ਜੀ ਨੇ ਸਰੀਰ ਛੱਡਣ ਤੋਂ ਪਹਿਲਾਂ ਪਰਿਵਾਰ ਨੂੰ ਇਹ ਕਿਹਾ ਸੀਗਾ ਵੀ ਇਸ ਇੰਸਟੀਟਿਊਸ਼ਨ ਦੀ ਕੋਈ ਨਾ ਕੋਈ ਮੇਰੀ ਫੈਮਿਲੀ ਦਾ ਮੈਂਬਰ ਜ਼ਰੂਰ ਸੇਵਾ ਵਿੱਚ ਹਾਜ਼ਰ ਰਹੇ। ਇਸ ਕਰਕੇ ਉਹਨਾਂ ਦੇ ਗੁਜ਼ਰਨ ਦੇ ਬਾਅਦ ਸਾਡੇ ਤਾਇਆ ਜੀ ਸਾਹਿਬ ਕਿਰਪਾਲ ਸਿੰਘ ਇਸ ਸੇਵਾ ਟੇਕ ਅਪ ਉਹਨਾਂ ਨੇ ਕੀਤੀ। ਉਹਨਾਂ ਦੇ ਗੁਜ਼ਰਨ ਦੇ ਬਾਅਦ ਮੇਰੇ ਫਾਦਰ ਸਾਹਿਬ ਸੁਰਜੀਤ ਸਿੰਘ ਮਜੀਠੀਆ ਨੇ ਕੀਤੀ। ਉਹਨਾਂ ਦੇ ਗੁਜ਼ਰਨ ਦੇ ਬਾਅਦ ਮੈਨੂੰ ਇਹ ਸੇਵਾ ਕਰਨ ਦਾ ਗੁਰੂ ਸਾਹਿਬ ਨੇ ਸਮੇਂ ਬਖਸ਼ਿਆ। ਇਹਨਾਂ ਤੋਂ ਬਾਅਦ ਸਰਦਾਰ ਉੱਜਲ ਸਿੰਘ ਜੀ, ਫਿਰ ਸਰਦਾਰ ਗੁਰਮੁਖ ਸਿੰਘ ਚਾਵਲਾ ਜੀ, ਸਰਦਾਰ ਪ੍ਰਕਾਸ਼ ਸਿੰਘ ਮਜੀਠੀਆ ਜੀ, ਸਰਦਾਰ ਰਾਜ ਮਹਿੰਦਰ ਸਿੰਘ ਮਜੀਠਾ 2004 ਤੱਕ ਕੌਂਸਲ ਦੇ ਪ੍ਰਧਾਨ ਰਹੇ ਅਤੇ ਹੁਣ ਬਤੌਰ ਚਾਂਸਲਰ ਸੇਵਾਵਾਂ ਨਿਭਾ ਰਹੇ ਹਨ। 29 ਮਈ 2004 ਤੋਂ ਸਰਦਾਰ ਸਤਿਆਜੀਤ ਸਿੰਘ ਮਜੀਠੀਆ ਜੀ ਬਤੌਰ ਪ੍ਰਧਾਨ ਕਾਰਜਸ਼ੀਲ ਹਨ ਅਤੇ ਇਸ ਤੋਂ ਪਹਿਲਾਂ ਆਪ ਕੌਂਸਲ ਦੇ ਚਾਂਸਲਰ ਰਹੇ। ਦਿਸ ਇਜ਼ ਆਰ ਏਮ ਐਂਡ ਅਲੋਂਗ ਵਿਦ ਦੈਟ ਟ੍ਰਾਈ ਐਂਡ ਇੰਟਰੋਡਿਊਸ ਆਰ ਪੀਪਲ ਟੂ ਵਾਟ ਆਰ ਗੁਰੂ ਸਾਹਿਬ ਹੈਵ ਟੌਟ, ਵਿਚ ਵੇ ਟੂ ਲਿਵ ਅ ਲਾਈਫ ਕਲੀਨ ਵਿਦ ਹਾਰਡ ਵਰਕਿੰਗ, ਡਿਪੈਂਡੈਂਟ ਔਨ ਦੀ ਆਲ ਮਾਈਟੀ, ਥੈਂਕਿੰਗ ਹਿਮ ਫੋਰ ਵਾਟ ਹੀ ਇਜ਼ ਗਿਵਨ, ਨੋਟ ਲੁੱਕ ਐਟ ਵਾਟ ਯੂ ਹੈਵਨ ਗੋਟ, ਬਟ ਟ੍ਰਾਈ ਐਂਡ ਲੁੱਕ ਐਟ ਵਾਟ ਹੀ ਇਜ਼ ਗਿਵਨ ਯੂ ਐਂਡ ਬੀ ਥੈਂਕਫੁਲ ਫੋਰ ਵਾਟ ਹੀ ਇਜ਼ ਗਿਵਨ। ਐਂਡ ਐਵਰ ਸਿੰਸ ਵੀ ਸਟਾਰਟਡ ਟੂ ਇੰਪਲੀਮੈਂਟ ਦੀਸ ਥਿੰਗਸ, ਦਾ ਕਾਲਜ ਹੈਜ਼ ਦੀ ਇੰਸਟੀਟਿਊਸ਼ਨ ਹੈਜ਼ ਗ੍ਰੋਨ ਫਰੋਮ ਸਟਰੈਂਥ ਟੂ ਸਟਰੈਂਥ, ਐਂਡ ਆਈ ਐਮ ਪ੍ਰੀਟੀ ਕੌਨਫੀਡੈਂਟ ਦੈਟ ਇਨ ਟਾਈਮਸ ਟੂ ਕਮ ਦਿਸ ਵਿਲ ਬਿਕਮ ਅ ਰੀਅਲੀ ਮੇਜਰ ਏਰੀਆ ਆਫ ਐਜੂਕੇਸ਼ਨਲ ਐਕਸਲੈਂਸ। ਇਸੇ ਤਰ੍ਹਾਂ ਖਾਲਸਾ ਕਾਲਜ ਗਵਰਨਿੰਗ ਕਾਊਂਸਲ ਦੀ ਸਮੁੱਚੀ ਕਾਰਜ ਪ੍ਰਣਾਲੀ 'ਚ ਆਨਰੇਰੀ ਸਕੱਤਰ ਦਾ ਅਹਿਮ ਸਥਾਨ ਹੈ। ਕਾਊਂਸਲ ਦੇ ਪਹਿਲੇ ਸਿੱਖ ਸਕੱਤਰ ਸਰਦਾਰ ਜਵਾਹਰ ਸਿੰਘ ਜੀ ਸਨ, ਇਹਨਾਂ ਤੋਂ ਬਾਅਦ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ, ਉਪਰੰਤ ਭਾਈ ਗੁਰਬਖਸ਼ ਸਿੰਘ ਗਿਆਨੀ ਜੀ, ਇਹਨਾਂ ਤੋਂ ਬਾਅਦ ਸਰਦਾਰ ਗੋਪਾਲ ਸਿੰਘ ਭਾਗੋਵਾਲੀਆ, ਸਰਦਾਰ ਹਰਬੰਸ ਸਿੰਘ ਅਟਾਰੀ, ਉਪਰੰਤ ਡਾਕਟਰ ਸੋਹਨ ਸਿੰਘ, ਇਹਨਾਂ ਤੋਂ ਬਾਅਦ ਡਾਕਟਰ ਹਰਭਜਨ ਸਿੰਘ ਜੀ, ਇਹਨਾਂ ਤੋਂ ਉਪਰੰਤ ਸਰਦਾਰ ਸੰਤ ਸਿੰਘ ਜੀ, ਉਪਰੰਤ ਡਾਕਟਰ ਮਨਮੋਹਨ ਸਿੰਘ ਜੀ, ਇਹਨਾਂ ਤੋਂ ਬਾਅਦ ਮੇਜਰ ਹਰਿੰਦਰ ਸਿੰਘ ਸੰਧਾਵਾਲੀਆ, ਉਪਰੰਤ ਸਰਦਾਰ ਨੱਥਾ ਸਿੰਘ ਜੀ, ਫਿਰ ਸਰਦਾਰ ਗੁਰਮੁਖ ਸਿੰਘ ਚਾਵਲਾ ਜੀ, ਇਹਨਾਂ ਤੋਂ ਬਾਅਦ ਸਰਦਾਰ ਵਿਨੋਦ ਸਿੰਘ ਜੀ, ਸਰਦਾਰ ਦਿਲਬੀਰ ਸਿੰਘ ਜੀ, ਸਰਦਾਰ ਲਾਲ ਸਿੰਘ ਔਜਲਾ ਜੀ, ਇਹਨਾਂ ਤੋਂ ਉਪਰੰਤ ਸਰਦਾਰ ਭਾਗ ਸਿੰਘ ਅਣਖੀ, ਸਰਦਾਰ ਚਰਨਜੀਤ ਸਿੰਘ ਜੀ ਚੱਡਾ, ਇਸ ਸਮੇਂ ਸਰਦਾਰ ਰਜਿੰਦਰ ਮੋਹਨ ਸਿੰਘ ਛੀਨਾ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਸਕੱਤਰ ਹਨ। ਆ ਪਹਿਲੀ ਵਾਰ 30 ਮਾਰਚ 1996 ਤੋਂ 7 ਨਵੰਬਰ 1996 ਤੱਕ ਸਕੱਤਰ ਰਹੇ ਅਤੇ ਹੁਣ 29 ਮਈ 2004 ਤੋਂ ਸੇਵਾ ਨਿਭਾ ਰਹੇ ਹਨ। ਸੋ ਮੈਂ ਸਮਝਦਾ ਕਿ ਬਹੁਤ ਵੱਡਾ ਪਸਾਰਾ ਵਿੱਦਿਆ ਦੇ ਖੇਤਰ ਵਿੱਚ ਕੀਤਾ ਔਰ ਇਹਦੀ ਸੇਵਾ
मैं मेरे प्रधान ने और असी सारे मैंबर ने मिलकर असी उस तरह ही सेवा करते हैं जिस तरह एक गुरु धाम की सेवा की जाती है, गुरु स्थान की सेवा की जाती है। और वह नतीजा है कि इन्ने थोड़े साल 13 साल के वक्त में इन्या वे कॉलेजों का इन्ना वे स्कूलों का और यूनिवर्सिटी का पसारा होया, एक इतिहासक कदम है। और मैं धनवादी अपने प्रेजिडेंट का, अपनी सारी टीम का, जिन्हों के सहयोग सदका यह सारा सुपना पूरा हो सकता। इन्हों की विद्या प्रति उसारू सोच सदका एक स्कूल 10 नवे कॉलेज स्थापित हुए हैं। मैनू बहुत खुशी हो रही है दैट साडे प्लेसमेंट प्रोफेसनल कॉलेज बड़ी अच्छी हो रही है। बच्चों नू बिफोर दे लीव द कॉलेज नौकरियाँ मिल रही ने। आई होप दिस कंटिन्यूज टू इनक्रीज एंड आर स्टूडेंट्स गेट जॉब्स वेल बिफोर दे लीव। खालसा जी, इत एक होर दस वाली गल है बड़ी एक जरूरी कि 2004 के जो अभी टेक ओवर किया उदों खालसा संस्थावां दे विच इस कैंपस दे विच 6 लाख स्क्वेयर फुट बिल्ट एरिया सी साडे कोल, जिहड़ा कि 112 सालां च बणिया सी। लेकिन उस तो बाद जदों दी साडी मैनेजमेंट आई है और इन्हां 13 सालां दे विच असीं 16 लाख स्क्वेयर फुट होर एरिया ऐड कीता है। सो इस कैंपस विच कल्ले विच हुण इस वेले 22 लाख स्क्वेयर फुट बिल्ट एरिया साडियां सारियां संस्थावां कोल हैगा। लेकिन इन एडिशन टू दिस साडे कोल मोहाली कॉलेज है, मोहाली दे विच जिहड़ा कॉलेज वखरा है, जिहड़ा असीं हेयर दे विच फिजिकल एजुकेशन दा कॉलेज खोलिया, एक स्कूल खोलिया वो वखरा है, और जिहड़ा असीं चुंडा देवी दे विच कॉलेज खोलिया है वो भी वखरा है, जिहदी असीं जमीन जिहड़ी है वो सारी मुफ्त लई है, जां किसी ग्राम पंचायत ने सानूं दान विच दित्ती है, ते जां मोहाली दे जिहड़े इक ओल्ड स्टूडेंट सी खालसा कॉलेज दे उन्हां ने सानूं गवर्नमेंट कोलों लै के ते 2.5 एकड़ जमीन उत्थे दित्ती सी। असीं उस ओल्ड एसोसीएशन दे वी बड़े शुक्रगुजार हाँ। और मेरी यह दरखास्त है सारे खालसा कॉलेज दे एलुमनी नूं कि जिते जिते भी वो आवाज़ सुनते हैं ये तो मानते हैं कि साड़ी मदर इंस्टीट्यूशन है, लेकिन दुनिया के सारे ही कॉलेज यूनिवर्सिटियां जो एलुमनीज होंगे ने वो किसी ना किसी शक्ल के जाके रिवार्ड वापस करते हैं, उन्होंने किसी ना किसी शक्ल के जाके उ डोनेशन के तौर पर या स्कॉलरशिप के तौर पर किसी ना किसी शक्ल के जिनी उन्होंने तौफीक हो रिवार्ड वापस करते हैं। सो मेरी ये बेनती है कि जेड़े जेड़े भी इस कॉलेज के पढ़े एलुमनी मेरी आवाज़ में सुन रहे हैं उन्होंने कृपा करके किसी ना किसी शक्ल के कंट्रीब्यूट करना चाहिए ताकि होर कॉलेज आने वाली जनरेशन वास्ते तरक्की करे, ग्रो करे और आने वाली जनरेशन जिहड़ियां ने वो इतों सीध लवे। जिवें तुहाडे वड्डे इतों पढ़ के गए ने, साडे पिता या साडे हाणी या साडे गां बच्चे इतों पढ़ के गए ने, उन्हां सारयां नूं जे ओह कितें दुनिया 'च वैल प्लेस्ड ने तो उन्हां नूं अपनी इस मां मदर इंस्टीट्यूशन नूं याद रखना चाहिए और जरूर आना चाहिए। असीं यह भी फैसला किया पिछले 3 साल तो असीं एलुमनी डे भी मना रहे हैं और हुण असीं पक्का एक दिन रख दिता है कि 5 मार्च नूं जिहड़ा फाउंडेशन डे सी इहदा 1892 च रख्या गया, हर साल 5 मार्च नूं कोई भी दिन होवे असीं एलुमनी डे मनाया करांगे। सो इस संस्था दे विचों किसी स्कूल कॉलेज चों कोई बच्चा पढ़ के गया कृपा करके वह 5 मार्च नूं हर साल एलुमनी डे दे उपर जरूर आया करे। और इस जे 125 साल इहदे कंप्लीट होण जा रहे आ, इह 125वां साल संस्था दा चल रहा, 125 साल कंप्लीट होने मेरी कोई दरखास्त है कि दुनिया के सारे एलुमनीज नूं इत्थे शिरकत करनी चाहिए है। और साडी खालसा कॉलेज जिहड़ी वैबसाइट है उहदे उपर तुसीं अपना नाम, एड्रैस और अपना टैलीफोन नंबर दे के उस शिरकत दे शमूलीयत करन दे विच तुसीं अपना एड्रैस दे के इंटीमेशन दे सकदे हो कि असीं उस दिन 5 मार्च नूं इत्थे हाजिर होवांगे। थैंक यू वेरी मच। सोसाइटी दे इतिहास विच इह काल सुनहरी काल वजों याद कीता जांदा रहेगा। विद्या विचारी ता परउपकारी दे गुरबाणी सिद्धांत नूं लै के आरंभी कौमी दानिश्वरां दी ओह परवास अज बुलंदियां छू रही है ते जमाने नूं एक नवी दिशा प्रदान करन दे समर्थ हो चुकी है। साथियों, खालसा कॉलेज चैरिटेबल सोसाइटी उपर अपनी आवाज सदा बनाए रखो।